ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਹਰਪ੍ਰੀਤ ਸਿੰਘ ਸਗੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਆਪਣੀ YouTube ਚੈਨਲ ਦੇ ਵਿੱਚ ਔਰ ਅੱਜ ਤਕਰੀਬਨ ਦੁਪਹਿਰ ਦਾ ਟਾਈਮ ਤੇ ਕਣਕ ਨੂੰ ਪਾਣੀ ਲਗਲਾਤਾ ਹੋਇਆ ਸੀ ਪਹਿਲਾਂ ਤਾਂ ਤੇ ਦੇਖ ਰਹੇ ਆ ਜੀ ਸਾਰਾ ਖੇਤ ਦਾ ਮੌਇਨਾ ਕੀਤਾ ਜਾ ਰਿਹਾ ਛੋਟੀ ਜਿਹੀ ਇੱਕ ਅਪਡੇਟ ਤੁਹਾਨੂੰ ਦਿਨ ਚਾਹੁੰਦਾ ਸੀ ਮੈਂ ਜਿਸ ਕਰਕੇ ਸਪੈਸ਼ਲ ਵੀਡੀਓ ਬਣਾਈ ਗਈ ਹੈ ਅੱਗੇ ਅੱਜ ਤੋਂ ਪਹਿਲਾਂ ਮੈਂ ਜਿੰਨੇ ਵੀ ਵੀਡੀਓਜ਼ ਆਪਣੇ ਜਿਹਨੀਆਂ ਸਕੇਆਂ ਉਹ ਸ਼ੂਟ ਕਰਦਾ ਸੀਗਾ Samsung ਦਾ Android ਫੋਨ ਸੀ ਮੇਰੇ ਕੋਲੇ A50 ਤੇ ਵੈਗਰੂ ਦੀ ਮਿਹਰ ਦੇ ਨਾਲ ਇੱਕ ਨਵਾਂ ਅਪਡੇਟ ਆਇਆ ਜੀ ਸਾਡੇ ਕੋਲ ਇਸ ਵਕਤ ਜੋ ਹੁਣ ਸ਼ੂਟ ਕਰ ਰਿਆ ਮੈਂ ਔਰ ਇਹ ਹੈ ਜੀ iPhone ਦਾ ਲੇਟੈਸਟ ਮਾਡਲ 13 Pro Max ਤੇ ਵੈਗਰੂ ਦੀ ਕਿਰਪਾ ਨਾਲ ਮੈਨੂੰ ਨਸੀਬ ਹੋਇਆ ਜੀ ਤੇ ਹੁਣ ਜਿੰਨੀਆਂ ਵੀ ਵੀਡੀਓਜ਼ ਹੋਣਗੀਆਂ ਸਾਰੀਆਂ ਇਸੇ ਨਾਲ ਆਪਾਂ ਸ਼ੂਟ ਕਰਾਂਗੇ ਸੋ ਮੈਂ ਪਰਮਾਤਮਾ ਦਾ ਬਹੁਤ ਸ਼ੁਕਰਾਨਾ ਕਰਦਾ ਜੀ ਜਿਨ੍ਹਾਂ ਦੀ ਮਿਹਰ ਦਾ ਸਦਕਾ ਮੈਨੂੰ ਇਹ ਚੀਜ਼ ਪ੍ਰਾਪਤ ਹੋਈ ਹੈ ਸੋ ਵੀਡੀਓ ਕੁਆਲਿਟੀ ਦਾ ਔਰ ਫੋਟੋ ਕੁਆਲਿਟੀ ਦਾ ਜਿਹੜਾ ਫਰਕ ਆ ਉਹ ਤਾਂ ਦਿਖਦਾ ਹੀ ਆ ਕਾਫੀ ਫਰਕ ਆ ਚਲੋ Samsung ਆਪਣੀ ਥਾਂ ਤੇ ਠੀਕ ਆ ਤੇ iPhone ਦੀ ਕੁਆਲਿਟੀ ਲिटल ਬਿਟ ਉਹਦੇ ਨਾਲ ਵਧੀਆ ਆ ਹੋਰ ਵੀ ਬਹੁਤ سارے ਫੰਕਸ਼ਨਸ ਇਹਦੇ ਹੈਗੇ ਜਿਹੜੇ ਵਧੀਆ ਆ ਸੋ ਕੁਝ ਕਿੰਨਾ ਫਰਕ ਤੁਹਾਨੂੰ ਲੱਗਦਾ ਆ ਇਹ ਮੈਨੂੰ ਜਰੂਰ ਦੱਸਿਓ ਜੀ ਇਹ ਜੀ ਵੈਰੈਟੀ ਆਪਣੀ ਡੀਬੀਡਬਲਯੂ 187 ਉਸ ਤੋਂ ਬਾਅਦ ਚੈੱਕ ਕਰਦੇ ਆਂ ਜੀ ਆਪਾਂ ਦੂਜੀ ਵੈਰੈਟੀ ਨੂੰ ਫਰਵਰੀ ਦੇ ਐਂਡ ਦੇ ਵਿੱਚ ਜਿਹੜਾ ਆਪਾਂ ਹਲਦੀ ਨੂੰ ਵਲਵ ਵੀ ਹੋਵਾਂਗੇ ਉਹਦੀ ਵੀ ਵੀਡੀਓ ਜਿਹੜੀ ਸ਼ੂਟ ਕਰਾਂਗੇ ਆਪਾਂ ਸੋ ਇਹ ਆਪਣੀ ਹੈਗੀ ਜੀ ਬਾਂਸੀ ਕਣਕ ਪਾਣੀ ਲੋਨ ਕਰਕੇ ਥੋੜੀ ਜਿਹੀ ਪੀਲੀ ਪੈ ਗਈ ਆ ਸੋ ਇੱਥੇ ਜਰਾ ਹੁਣ ਵੇਜਟਿੰਗ ਕੰਪੋਜ਼ਰ ਤੇ ਉਹ ਪਾਤੀ ਤੇ ਪਾਣੀ ਦੇ ਸਪਰੇਅ ਕਰਾਂਗੇ ਜਾਂ ਹੋ ਸਕਦਾ ਵੀ ਕੋਈ ਦੋ ਚੀਜ਼ਾਂ ਹੋਰ ਹੁੰਦੀਆਂ ਜਿਹੜੀਆਂ ਉਹਦੀ ਸਪਰੇਅ ਕਰਾਂਗੇ ਜਿਹਦੇ ਨਾਲ ਜਿਹੜਾ ਇਹ ਫਟਾਰਾ ਇਹਦਾ ਸਹੀ ਹੋ ਸਕੇ ਉਹ ਜਿਹੜਾ ਪੀਲਾਪਨ ਇਹਦਾ ਦੂਰ ਹੋ ਸਕੇ ਸੋ ਠੀਕ ਆ ਜੀ ਵੀਡੀਓ ਦਾ ਇੱਥੇ ਐਂਡ ਕਰਦੇ ਆ ਤੇ ਇੱਕ ਛੋਟੀ ਜਿਹੀ ਅਪਡੇਟ ਸੀ ਜੋ ਤੁਹਾਡਿਆਂ ਨਾਲ ਸਾਂਝੀ ਕਰਨੀ ਸੀ ਮੈਂ ਤੇ ਵੀਡੀਓ ਕਿਦਾਂ ਦੀ ਲੱਗੀ ਤੁਸੀਂ ਮਨਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਚੈਨਲ ਬਾਰੇ ਸਬਸਕ੍ਰਾਈਬ ਕਰਿਓ ਜੀ ਤੇ ਮਿਲਦੇ ਆਪਾਂ ਨੈਕਸਟ ਵੀਡੀਓ ਚ